ਸਤਿ ਸ਼੍ਰੀ ਅਕਾਲ, ਅਸਲਾਮ ਵਾਲਿਕਮ, ਰਾਮ ਰਾਮ ਐਂਡ ਹੈਲੋ। ਕੀ ਹਾਲ ਚਾਲ ਆ ਜੀ ਤੁਹਾਡੇ ਸਾਰਿਆਂ ਦੇ? ਅੱਜ ਨਿਊਜ਼ੀਲੈਂਡ ਦੇ ਵਿੱਚ ਫਰਾਈਡੇ ਆ ਅਤੇ ਅੱਜ ਦੇਖੋ ਲੋਕ ਸਾਰੇ ਇੰਨੇ ਖੁਸ਼ ਆ, ਕੰਮਾਂ ਕਾਰਾਂ ਤੋਂ ਘਰ ਨੂੰ ਜਾਂਦੇ ਪਏ ਆ। ਮੈਂ ਸੋਚਿਆ ਅੱਜ ਇੱਕ ਫਰਾਈਡੇ 'ਤੇ ਵੀ ਵਲੌਗ ਬਣਾਇਆ ਜਾਵੇ ਅਤੇ ਤਾਂ ਕਿ ਤੁਹਾਨੂੰ ਇੱਥੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਲਓ ਜੀ, ਆਪਾਂ ਸਿਟੀ ਦੇ ਵਿੱਚ ਪਹੁੰਚ ਗਏ ਹਾਂ। ਜਿੱਦਾਂ ਤੁਹਾਨੂੰ ਦੱਸਿਆ ਸੀਗਾ ਕਿ ਫਰਾਈਡੇ ਨਾਈਟ ਆ ਅਤੇ ਪੂਰੀ ਐਨ ਮਤਲਬ ਰੌਣਕ ਲੱਗੀ ਪਈ। ਪੂਰਾ ਨਜ਼ਾਰਾ ਵੇਖੋ ਤੁਸੀਂ ਸਿਟੀ ਦਾ ਅਤੇ ਕਿੰਨਾ ਵਧੀਆ ਵਿਊ ਆ। ਇੱਥੋਂ ਆਪਾਂ ਸ਼ੁਰੂ ਹੋ ਜਾਂਦੇ ਹਾਂ। ਲੋਕ ਪੂਰਾ ਫੰਕਸ਼ਨ ਕਰ ਰਹੇ ਆ ਇਸ ਟਾਈਮ 'ਤੇ। ਕਲੱਬਾਂ ਦਾ ਨਜ਼ਾਰਾ। ਇਹ ਰੈਸਟੋਰੈਂਟ ਮੈਨੂੰ ਬਹੁਤ ਜ਼ਿਆਦਾ ਪਸੰਦ ਸੀ। ਮੈਂ ਇੱਥੇ ਮਤਲਬ ਮੈਨੂੰ ਵਧੀਆ ਲੱਗਦਾ ਇੱਥੇ ਬਹਿਣਾ ਅਤੇ ਇੱਥੇ ਦਾ ਜਿਹੜਾ ਖਾਣਾ ਆ ਮੈਨੂੰ ਬਹੁਤ ਸਵਾਦ ਲੱਗਦਾ ਅਤੇ ਹਮੇਸ਼ਾ ਮੈਂ ਇੱਥੇ ਹੀ ਆਉਂਦਾ ਹੁੰਦਾ ਸੀ ਡਿਨਰ ਕਰਨ। ਪਰ ਇਹਨੂੰ ਅੱਗ ਲੱਗਣ ਦੇ ਕਾਰਨ ਹੁਣੇ ਬੰਦ ਪਿਆ, ਸੋ ਇਸ ਕਰਕੇ ਆਪਾਂ ਅੱਜ ਕੱਲ੍ਹ ਘਰੇ ਹੀ ਬਣਾਈ ਦਾ ਖਾਈ ਦਾ ਅਤੇ ਤੁਹਾਨੂੰ ਹੁਣ ਦਿਖਾਉਂਦੇ। ਮੈਗੀ ਵੀ ਕਿਸੇ ਦਿਨ ਤੁਹਾਨੂੰ ਬਣਾਵਾਂਗੇ। ਆ ਦੇਖੋ ਲਾਈਟਿੰਗ, ਦੇਖੋ ਕਿੰਨਾ ਵਧੀਆ ਵਿਊ ਆ ਅਤੇ ਚੱਲ ਰਿਹਾ ਕੰਮ ਪੂਰਾ ਜੋਰਾਂ ਸ਼ੋਰਾਂ 'ਤੇ। ਅਤੇ ਇਹ ਥੋੜ੍ਹਾ ਛੋਟਾ ਸ਼ਹਿਰ ਹੋਣ ਕਰਕੇ ਹੈਮਿਲਟਨ, ਬਟ ਇੱਥੇ ਦੇ ਜਿਹੜੇ ਕਲੱਬ ਆ ਉਹ ਬਹੁਤ ਮਸ਼ਹੂਰ ਆ ਅਤੇ ਲੋਕ ਦੂਰੋਂ ਦੂਰੋਂ ਕਲੱਬਿੰਗ ਕਰਨ ਆਉਂਦੇ ਆ, ਜਿੱਦਾਂ ਟਰੰਗੇ ਤੋਂ ਹੋਰ ਸਿਟੀਆਂ ਤੋਂ ਵੀ ਲੋਕ ਇੱਥੇ ਆਉਂਦੇ ਆ। ਬਟ ਜਿਹੜੀ ਔਕਲੈਂਡ ਸਿਟੀ ਦਾ ਰਾਤ ਦਾ ਨਜ਼ਾਰਾ ਆ ਉਹ ਤੁਹਾਨੂੰ ਕਿਸੇ ਹੋਰ ਦਿਨ ਦਿਖਾਵਾਂਗੇ, ਜਦੋਂ ਕਿਤੇ ਮੈਂ ਔਕਲੈਂਡ ਗਿਆ ਫਿਰ ਤੁਹਾਨੂੰ ਉਹ ਵੀ ਦਿਖਾਵਾਂਗਾ ਮੈਂ। ਬਟ ਅੱਜ ਤੁਹਾਨੂੰ ਆਪਾਂ ਹੈਮਿਲਟਨ ਦੀ ਜਿਹੜੀ ਵੌਕ ਆ ਸਿਟੀ ਵੌਕ ਉਹ ਕਰਕੇ ਦਿਖਾਉਂਦੇ ਹਾਂ, ਠੀਕ ਆ? ਅਤੇ ਇਹਦੇ ਵਿੱਚ ਹੀ ਤੂੰ ਕੀ ਕਹਿਣਾ ਚਾਹੁੰਦਾ ਰਹਿੰਦੇ ਹੋ? ਬਹੁਤ ਸੋਹਣਾ ਸ਼ਹਿਰ ਆ, ਬੜੀ ਸ਼ਾਂਤੀ ਆ। ਸਾਰੇ ਨਿਊਜ਼ੀਲੈਂਡ ਦੇ ਵਿੱਚ ਇੱਕ ਇਹੀ ਸ਼ਹਿਰ ਮੈਂ ਕਹਿੰਦਾ ਸੋ ਫਾਰ ਦੇਖਿਆ ਹੋਣਾ ਮੈਂ, ਜਿਹੜਾ ਪਲੇਨ ਆ ਵੀ ਬਾਲੇ ਉੱਤੇ ਥੱਲੇ ਨਹੀਂ ਹੈਗੇ, ਨਹੀਂ ਤਾਂ ਬਾਕੀ ਹਿਮਾਚਲ ਆ ਇੱਦਾਂ ਹੀ ਆ। ਤੇ ਆ ਇੱਥੇ ਦਾ ਕਸੀਨੋ ਆ, ਸਕਾਈ ਕੈਸੀਨੋ। ਇੱਥੇ ਤੁਸੀਂ ਜੂਆ ਜਾ ਖੇਡਦੇ ਆ, ਬਟ ਅਸੀਂ ਉਹ ਬੜਾ ਸੋਹਣਾ ਇਹਨਾਂ ਨੇ ਅੱਜ ਤੁਹਾਨੂੰ ਮਸ਼ਰੂਮ ਲਾਏ ਹੋਏ ਉਹਨਾਂ ਨੇ। ਹਾਂ, ਤੁਹਾਨੂੰ ਉਹ ਥੋੜਾ ਜਿਹਾ ਨਿਆਣਿਆਂ ਦਾ ਹਸਾਤਾ ਜਿਹਾ ਐਂਟਰਟੇਨਮੈਂਟ ਕਰਨ ਲਈ ਇਹਨਾਂ ਨੇ ਮਾਸ਼ਰੂਮ ਦੇ ਥੋੜੇ ਜਿਹੇ ਵਧੀਆ ਬਣਾਏ ਆ, ਉਹ ਤੁਹਾਨੂੰ ਦਿਖਾਉਂਦੇ ਆ। ਲੋਕੀ ਪੂਰਾ ਇੰਜੋਏ ਕਰ ਰਹੇ ਆ। ਬੰਦਾ ਇੱਕ ਆਪਾਂ ਲੱਭਿਆ ਇੱਥੇ ਅਤੇ ਪੂਰੀ ਕਲਾਕਾਰੀ ਆ ਬੰਦੇ ਦੇ ਵਿੱਚ, ਐਨਾ ਅੱਤ ਕਰਾ ਰਿਹਾ ਬੰਦਾ, ਪੂਰਾ ਕਲਾਕਾਰ ਆ ਬੰਦਾ। ਇੱਥੇ ਰੱਖ ਆਏ ਓਏ, ਥੈਂਕ ਯੂ ਬ੍ਰਦਰ। ਵਾਟਸ ਯੂਰ ਨੇਮ? ਜੋਨਾਥਨ। ਜੋਨਾਥਨ, ਓਕੇ। ਯੂ ਕੋਲੰਬੀਆ? ਕੋਲੰਬੀਆ, ਓਕੇ। ਯੂ ਡੂਇੰਗ ਵੈਲ ਬ੍ਰਦਰ? ਪਰਨ, ਯੂ ਡੂਇੰਗ ਵੈਲ? ਥੈਂਕ ਯੂ, ਯੇ ਥੈਂਕ ਯੂ ਵੈਰੀ ਮਚ। ਓਕੇ, ਬੰਦਾ Oh, wow. Can you teach me this? How to do that? It's hard. Hard? But I can learn, eh? Yeah, but training. ਲਓ ਜੀ, ਸਾਡਾ ਬੰਦਾ ਕਹਿੰਦਾ ਕਿ ਮੈਂ ਲਰਨ ਕਰਨਾ ਆ ਸੀ। ਬਾਕੀ ਬੰਦਾ ਪੂਰਾ ਐਨਾ ਰੌਣਕੀ ਆ। ਇਹਨਾਂ ਪੂਰੀ ਸੈਟਿੰਗ ਕਰ ਲਈ ਆ ਆਪਾਂ। ਹੀ ਵਿਲ ਕਮ ਇਨ ਦਾ ਬਲੌਗ ਟੁਮੋਰੋ ਐਂਡ ਵੀ ਵਿਲ ਮੇਕ ਏ ਹੋਲ ਬਲੌਗ ਹਿਜ਼ ਟ੍ਰੈਡੀਸ਼ਨਲ ਆਰਟ। ਇਟਸ ਟ੍ਰੈਡੀਸ਼ਨਲ ਆਰਟ ਔਰ ਜਸਟ ਐਕਸਟ੍ਰੀਮ ਆਰਟ? ਦੈਟਸ ਕਾਲਡ ਪਾਰਕੌਰ। ਯਾ, ਐਂਡ ਟੁਮੋਰੋ ਆਈ ਵੇਟ ਯੂ ਇਨ ਦਿਸ ਬਲੌਗ ਇਨ ਦਾ ਸੇਮ ਚੈਨਲ। ਯਾ, and we will meet tomorrow Hamilton Lake. Yeah, Hamilton Lake tomorrow. Yeah. 10 o'clock. Yeah, enjoying my movement. Yeah. And he gave us some tricks as well, like he's teaching us. Yeah, yeah, so of course. Yeah, I'm so going to teach yeah. them. Yeah. Just like that. Yeah, okay. Yeah, okay, but okay, ciao. Ciao, see ya. So later. Yeah, main kehne nu koshish karda ha ki ye kyon laaye ha, but ਇਸ ਚੀਜ਼ ਬਾਰੇ ਵੀ ਸਾਨੂੰ ਪੁੱਛਣਾ ਚਾਹੀਦਾ ਵੀ ਕਿਉਂ ਲਾਏ ਆ ਇਹ, ਅਤੇ ਦੇਖਦੇ ਹਾਂ ਜੇ ਕੋਈ ਮੈਨੂੰ ਲੱਭਦਾ ਬੰਦਾ ਜਿਹੜਾ ਗੱਲ ਕਰ ਸਕੇ ਉਹਨੂੰ ਪੁੱਛਦੇ ਹਾਂ ਵੀ ਆ ਕੋਈ ਈਵੈਂਟ ਆ ਜਾਂ ਉੱਦਾਂ ਹੀ ਜਸਟ ਫੋਰ ਦਾ ਡੈਕੋਰੇਸ਼ਨ ਜਾਂ
ਕਿਸੇ ਵੀ ਤਰ੍ਹਾਂ ਦਾ ਬਟ ਮੈਨੂੰ ਕੋਈ ਮਿਲ ਨਹੀਂ ਰਿਹਾ ਜਿਹਦੇ ਨਾਲ ਮੈਂ ਗੱਲ ਕਰਾਂ ਕਿਉਂਕਿ ਮੈਂ ਆਲਸੋ ਸ਼ਾਈ ਫੀਲ ਕਰ ਰਿਹਾ ਇਸ ਚੀਜ਼ ਕਰਕੇ ਕਿ ਮੈਂ ਕਿਸੇ ਨਾਲ ਗੱਲ ਕਰਾਂ ਜਾ ਕੇ ਬਾਕੀ ਤੁਸੀਂ ਦੇਖ ਸਕਦੇ ਹਾਂ ਇੱਧਰ ਸਿਟੀ ਵਿਊ ਪੂਰੀ ਅੱਤ ਜੀ ਹੋ ਰਹੀ ਆ ਇਸ ਟਾਈਮ ਦੇ ਉੱਤੇ ਬਹੁਤ ਸੋਹਣਾ ਜਿੱਦਾਂ ਬਣਾਇਆ ਹੋਇਆ ਇਹਨਾਂ ਨੇ ਇਹ ਸਿਰਫ ਇਹਨਾਂ ਨੇ ਬੱਚਿਆਂ ਦੇ ਲਈ ਲਾਇਆ ਆ ਬਾਕੀ ਕੋਈ ਸਪੈਸ਼ਲ ਈਵੈਂਟ ਨਹੀਂ ਹੈਗਾ ਅਤੇ ਮਤਲਬ ਬੱਚਿਆਂ ਦਾ ਇੰਜੋਏਮੈਂਟ ਹੋ ਜਾਂਦਾ ਆ ਉਸ ਕਰਕੇ ਇਹਨਾਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲਾਈਆਂ ਬਾਕੀ ਤੁਹਾਨੂੰ ਆਪਾਂ ਸਵੇਰੇ ਬੰਦੇ ਦੀ ਆਰਟ ਦਿਖਾਵਾਂਗੇ ਬਾਈ ਬੰਦਾ ਬੜਾ ਘੈਂਟ ਆ ਬਹੁਤ ਬੰਦੇ ਦੀ ਇੰਸਟਾਗ੍ਰਾਮ ਦੇਖੀ ਆ ਅਸੀਂ ਉਹਦੀਆਂ ਵੀਡੀਓ ਦੇਖੀ ਇੰਸਟਾਗ੍ਰਾਮ ਤੇ ਟੌਪ ਦਾ ਆਰਟਿਸਟ ਆ ਪੂਰੀ ਐਨ ਅੱਤ ਜੀ ਕਰਾਈ ਆ ਬੰਦੇ ਨੇ ਉਦਾਂ ਬਾਕੀ ਜਿੱਦਾਂ ਮਰਜ਼ੀ ਤੁਸੀਂ ਕਹਿ ਸਕਦੇ ਆ ਬੰਦਾ ਬਲਿੰਕਟਨੋਂ ਮੂਵ ਹੋਇਆ ਇੱਥੇ ਸਾਡੇ ਸ਼ਹਿਰ ਦੇ ਵਿੱਚ ਤੇ ਕਹਿੰਦਾ ਥੋੜੇ ਦਿਨ ਹੋਏ ਆ ਮੈਨੂੰ ਆਏ ਨੂੰ ਮੇਰੇ ਕਹਿੰਦਾ ਦੋਸਤ ਨਹੀਂ ਹੈਗੇ ਕਹਿੰਦਾ ਤੁਸੀਂ ਮੈਨੂੰ ਪਹਿਲੇ ਬੰਦੇ ਮਿਲੇ ਹੋ ਕਹਿੰਦਾ ਵੀ ਜਿਹੜੇ ਮੈਨੂੰ ਮਿਲ ਕੇ ਤੇ ਮੇਰੇ ਨਾਲ ਗਾਹਾਂ ਤੁਹਾਨੂੰ ਕੈਚਅਪ ਕਰ ਰਹੇ ਆ ਤੇ ਬਾਕੀ ਚਲੋ ਜਿਹੜਾ ਸਾਨੂੰ ਮਿਲਦਾ ਆ ਆਪਾਂ ਦੇ ਭਰਾਵਾਂ ਦਿਲੋਂ ਯਾਰੀ ਨਿਭਾਈਦੀ ਆ ਸਾਰਿਆਂ ਨਾਲ ਬਾਕੀ ਕਈ ਫਾਇਦਾ ਚੱਕ ਜਾਂਦੇ ਆ ਉਹ ਵੱਡੀ ਗੱਲ ਆ ਬਟ ਆਪਾਂ ਹਰੇਕ ਦਾ ਭਲਾ ਹੀ ਸੋਚੀਦਾ ਤੇ ਲਵ ਯੂ ਆ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਸਿਟੀ ਅੱਜ ਤੁਰ ਕੇ ਰਾਈਡ ਕਰ ਰਹੇ ਹਾਂ ਅਤੇ ਬਾਕੀ ਦੇਖਦੇ ਹਾਂ ਅੱਗੇ ਕਲੱਬਾਂ 'ਚ ਰਸ਼ ਰੁਸ਼ ਪਿਆ ਕਿ ਨਹੀਂ ਆਪਾਂ ਅੰਦਰ ਤਾਂ ਨਹੀਂ ਜਾ ਸਕਦੇ ਬਟ ਬਾਹਰੋਂ ਤੁਹਾਨੂੰ ਸਾਰਾ ਵਿਊ ਦਿਖਾ ਸਕਦੇ ਹਾਂ ਬਾਹਲੀ ਲੇਟ ਤੱਕ ਵੀ ਨਹੀਂ ਆਪਾਂ ਕਿਉਂਕਿ 8:30 ਆਲਰੇਡੀ ਹੋ ਚੁੱਕੇ ਆ ਅਤੇ ਆਪਾਂ ਅੱਜ ਲੇਟ ਨਾਈਟ ਵੀਕਐਂਡ ਲੇਟ ਨਾਈਟ ਬਟ ਅਸੀਂ ਨਹੀਂ ਸਟੇਅ ਕਰ ਸਕਦੇ ਇੱਥੇ ਕਿਉਂਕਿ ਆਪਾਂ ਜਾ ਕੇ ਰੋਟੀ ਪਾਣੀ ਵੀ ਖਾਣਾ ਪੀਣਾ ਸਾਰਾ ਕੁਛ ਕਰਨਾ ਸੋ ਇਸ ਕਰਕੇ ਥੋੜਾ ਬਹੁਤਾ ਤੁਹਾਨੂੰ ਵਿਊ ਦਿਖਾਉਣੇ ਕੁਝ ਕੁ ਲੋਕ ਅੱਜ ਤੁਹਾਨੂੰ ਸ਼ਰਾਬੀ ਹੋਏ ਵੀ ਦੇਖਣਗੇ ਵਿੱਚ ਵੱਜਦੇ ਹੋਏ ਐਨਾ ਪੂਰੇ ਅੰਨੇ ਹੋਏ ਪਏ ਆ ਤੇ ਮਤਲਬ ਆਪਣੇ ਆਪ ਨੂੰ ਬਚਾ ਕੇ ਆਪਾਂ ਸਾਰਿਆਂ ਨੂੰ ਦੇਖਣਾ ਵੀ ਆ ਅੱਜ ਦੇ ਟਾਈਮ ਚ ਮੁੱਕਾ ਮੱਕਾ ਵੀ ਫਿਰ ਸਕਦਾ ਕਿ ਨਹੀਂ ਕਈ ਕੁਛ ਹੋ ਸਕਦਾ ਸੋ ਇਸ ਕਰਕੇ ਮਤਲਬ ਪੂਰਾ ਧਿਆਨ ਨਾਲ ਜਾਣਾ ਵੀ ਆ ਕਰਨਾ ਵੀ ਆ ਸਾਰਾ ਕੁਛ ਵਧੀਆ ਹੈ ਸੋ ਬਾਕੀ ਇਹ ਆ ਕਿ ਜਿੱਦਾਂ ਵੀ ਹੈਗਾ ਲੋਕ ਅੱਜ ਪੂਰੇ ਖੁਸ਼ ਆ ਐਨ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਆ ਲੋਕਾਂ ਦੇ ਮੂੰਹ 'ਤੇ ਸਮਾਈਲ ਆ ਐਨ ਪੂਰੀ ਅਤੇ ਕੋਵਿਡ-19 ਦਾ ਲੈਵਲ 2 ਚੱਲ ਰਿਹਾ ਉਹਦੇ ਕਰਕੇ ਥੋੜ੍ਹਾ ਜਿਹਾ ਘੱਟ ਰਸ਼ ਹੋਇਆ ਪਿਆ ਆ ਨਹੀਂ ਤਾਂ ਇਸ ਟਾਈਮ ਦੇ ਉੱਤੇ ਪੂਰਾ ਕਰਾਊਡ ਹੁੰਦਾ ਇੱਥੇ ਜਿੱਦਾਂ ਸਟਰੀਟਾਂ ਸਾਰੀਆਂ ਭਰੀਆਂ ਹੁੰਦੀਆਂ ਅਤੇ ਤੁਸੀਂ ਦੇਖ ਸਕਦੇ ਆ ਅੱਜ ਪੂਰਾ ਜਿੱਦਾਂ ਮਤਲਬ ਫਿਰ ਵੀ ਨੋਰਮਲ ਦਿਨਾਂ ਦੇ ਨਾਲੋਂ ਵੱਧ ਰਸ਼ ਹੈਗਾ ਅੱਜ ਇੱਥੇ ਤੁਸੀਂ ਦੇਖ ਸਕਦੇ ਆ ਕਿੰਨਾ ਕਰਾਊਡ ਆ ਹਰੇਕ ਪਾਸੇ ਸਾਰੇ ਲੋਕ ਆਪਣਾ ਆਪਣਾ ਇੰਜੋਏ ਕਰ ਰਹੇ ਆ ਫਰਾਈਡੇ ਨਾਈਟ ਤੇ ਕੋਵਿਡ-19 ਕਰਕੇ ਮੈਨੂੰ ਲੱਗਦਾ ਅੱਜ ਨਾ ਰਸ਼ ਨਹੀਂ ਪੈਣਾ ਤੇ ਹੁਣ ਅਸੀਂ ਘਰ ਨੂੰ ਚੱਲੇ ਆ ਤੇ ਤੁਸੀਂ ਸਾਰਿਆਂ ਨੇ ਕੋਈ ਨਾ ਕੋਈ ਮਿਲ ਪੈਂਦਾ ਵਾਕਫ ਤੇ ਉਹਨਾਂ ਗੱਲਾਂ ਬਾਤਾਂ ਕਰਦੇ ਟਾਈਮ ਲੰਘ ਜਾਂਦਾ ਮੈਨੂੰ ਚੇਤਾ ਭੁੱਲ ਜਾਂਦਾ ਮੈਂ ਕਿੱਥੇ ਤੱਕ ਵੀਡੀਓ ਬਣਾਈ ਸੀ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਸੋ ਤੁਸੀਂ ਹੋਪ ਆ ਕਿ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਹੋਣਾ ਇਹ ਵਾਲਾ ਬਲੌਗ ਜਿਹੜਾ ਮੈਂ ਬਣਾਇਆ ਤੇ ਬਾਕੀ ਫਿਰ ਕਿਸੇ ਦਿਨ ਮੈਂ ਬਣਾਊਂਗਾ ਜਦੋਂ ਲੈਵਲ 1 ਤੇ ਦੁਬਾਰਾ ਆਊਗਾ ਸਾਰਾ ਨਿਊਜ਼ੀਲੈਂਡ ਤੇ ਫਿਰ ਮੈਂ ਇੱਥੇ ਸਿਟੀ ਤੁਰ ਕੇ ਬਣਾਊਂਗਾ ਤੁਹਾਨੂੰ ਕਰਾਊਡ ਦਿਖਾਊਂਗਾ ਕਿਵੇਂ ਲੋਕ ਇੰਜੋਏ ਕਰਦੇ ਆ ਇੱਥੇ ਦੇ ਅਤੇ ਬਾਕੀ ਹੁਣ ਤੁਸੀਂ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜਿੰਨੇ ਵੀ ਲੋਕ ਇਸ ਚੈਨਲ ਦੇ ਉੱਤੇ ਜੁੜੇ ਆ ਅਤੇ ਮੈਨੂੰ ਸਨੈਪਚੈਟ 'ਤੇ ਵੀ ਫੋਲੋ ਕਰਨਾ ਅਤੇ ਹਰ ਪਾਸੇ ਫੋਲੋ ਕਰਨਾ ਡਿਸਕ੍ਰਿਪਸ਼ਨ ਦੇਖ ਲਿਆ ਕਰੋ ਅਸੀਂ ਜਿਹੜੀ ਡਿਸਕ੍ਰਿਪਸ਼ਨ ਸਾਰਾ ਕੁਛ ਪਾ ਦਿੰਦੇ ਆ ਉਹਦੇ 'ਚ ਤਕਰੀਬਨ ਆਪਾਂ ਸਾਰਾ ਕੁਛ ਪਾਇਆ ਹੀ ਹੁੰਦਾ ਅਤੇ ਹੁਣ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਆਪਣਾ ਧਿਆਨ ਰੱਖਿਓ ਮਿਲਦੇ ਹਾਂ ਕੱਲ੍ਹ ਨੂੰ ਅਗਲੇ ਬਲੌਗ ਦੇ ਨਾਲ ਕਿਉਂਕਿ ਉਹ ਬੰਦੇ ਨੇ ਕੱਲ੍ਹ ਆਪਣੀ ਕਲਾ ਦਿਖਾਉਣੀ ਆ ਸੋ ਆਪਾਂ ਉਹ ਬਲੌਗ ਦੇ ਵਿੱਚ ਮਿਲਾਂਗੇ ਲਵ ਯੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਧਿਆਨ ਰੱਖਿਓ ਆਪਣਾ ਕਰੋਨਾ ਵਾਇਰਸ ਤੋਂ ਸਾਰਿਆਂ ਨੇ ਬਚ ਕੇ ਰਹਿਣਾ ਲਵ ਯੂ